ਉਹ ਪ੍ਰਮਾਣਿਤ ਹੋਣਾ ਚਾਹੀਦਾ ਹੈ। ਕਾਹਦੇ ਨਾਲ? ਪਵਿੱਤਰ ਆਤਮਾ ਦੇ ਦੁਆਰਾ। ਪਵਿੱਤਰ ਆਤਮਾ ਦੇ ਦੁਆਰਾ ਉਹ ਸੇਵਕ ਪ੍ਰਮਾਣਿਤ ਹੋਣਾ ਚਾਹੀਦਾ, ਕਿਉਂਕਿ ਬਾਈਬਲ 'ਚ ਲਿਖਿਆ ਆ ਸੇਵਕ ਪਵਿੱਤਰ ਆਤਮਾ ਦੇ ਦੁਆਰਾ ਪ੍ਰਮਾਣਿਤ ਹੋਣਾ ਚਾਹੀਦਾ ਆ। ਸੇਵਕ ਦੀ ਕੋਈ ਪਤਨੀ ਹੋਣੀ ਚਾਹੀਦੀ ਆ, ਐਵੇਂ ਨਹੀਂ ਕੋਈ ਤੁਸੀਂ ਦੇਖੋ ਜਾ ਕੇ ਅੱਜ ਲੋਕ ਕੀ ਕਰ ਰਹੇ ਨੇ, ਆਪਣੀ ਮਰਜ਼ੀ ਨਾਲ ਲੋਕੀ ਪਾਸਟਰ ਬਣੀ ਜਾਂਦੇ ਨੇ, ਸੇਵਕ ਬਣੀ ਜਾ ਰਹੇ ਨੇ ਬਿਨਾਂ ਅਗਵਾਈ ਤੋਂ, ਬਿਨਾਂ ਪ੍ਰਮਾਣ ਪੱਤਰ ਤੋਂ। ਬਾਈਬਲ 'ਚ ਸਾਫ਼ ਲਿਖਿਆ ਆ ਸੇਵਕ ਦੀ ਕੋਈ ਪਤਨੀ ਹੋਵੇ, ਦੋ ਦੋ ਤਿੰਨ ਤਿੰਨ ਵਿਆਹ ਕੀਤੇ ਹੋਏ ਪਾਸਟਰ ਵੀ ਸੇਵਾ ਕਰ ਰਹੇ ਆ ਸੰਦੇਸ਼ ਦੀ, ਸਭ ਸ਼ੈਤਾਨ ਹਨ। ਇਸ ਗੱਲ ਨੂੰ ਯਾਦ ਰੱਖਣਾ, ਵਚਨ ਤੋਂ ਬਾਹਰ ਕੋਈ ਕੰਮ ਜੋ ਕੋਈ ਕਰਦਾ ਉਹ ਸ਼ੈਤਾਨ ਆ ਬੰਦਾ। ਅਤੇ ਕਈ ਇਹੋ ਜਿਹੇ ਪਾਸਟਰ ਉਹਨਾਂ ਨੂੰ ਮਸਾ ਕਰੀ ਜਾਂਦੇ ਆ, ਉਹ ਵੀ ਦੁਸ਼ਟ ਆਤਮਾ ਗ੍ਰਸਤ ਨੇ ਸਾਰੇ ਦੇ ਸਾਰੇ। ਜੇ ਕੋਈ ਸੰਦੇਸ਼ ਦੇ ਵਿੱਚ ਦੋ ਦੋ ਤਿੰਨ ਤਿੰਨ ਵਿਆਹੇ ਹੋਏ ਪਾਸਟਰਾਂ ਨੂੰ ਮਸਾ ਕਰਦਾ ਆ, ਉਹ ਪਾਸਟਰ ਵੀ ਸ਼ੈਤਾਨ ਹੈ, ਦੁਸ਼ਟ ਆਤਮਾ ਉਹਦੇ ਅੰਦਰ ਆ। ਵਚਨ ਤੋਂ ਬਾਹਰ ਕੰਮ ਕਰੇ ਜਾਂਦੇ ਨੇ, ਦੁਸ਼ਟ ਆਤਮਾ ਉਹਨਾਂ ਦੇ ਵਿੱਚ ਵੜ ਗਈ, ਠੀਕ ਹੈ ਨਾ। ਇਸ ਕਰਕੇ ਨਬੀ ਕਹਿੰਦਾ ਜਿਹੜਾ ਸੇਵਕ ਹੁੰਦਾ ਉਹਦੀ ਪਛਾਣ ਆ, ਇੱਕ ਸੇਵਕ ਪ੍ਰਮਾਣਿਤ ਹੋਣਾ ਚਾਹੀਦਾ ਆ, ਵਚਨ ਦੇ ਅਕੋਰਡਿੰਗ ਪ੍ਰਮਾਣਿਤ ਹੋਣਾ ਚਾਹੀਦਾ ਸੇਵਕ, ਪਵਿੱਤਰ ਆਤਮਾ ਦੇ ਨਾਲ ਭਰਿਆ ਹੋਣਾ ਹੋਣਾ ਚਾਹੀਦਾ ਸੇਵਕ, ਸੰਸਾਰ ਤੋਂ ਮਰਿਆ ਹੋਇਆ ਹੋਣਾ ਚਾਹੀਦਾ ਹੈ ਸੇਵਕ, ਠੀਕ ਹੈ ਨਾ। ਫਿਰ ਤੁਸੀਂ ਉਹਦੇ ਪਿੱਛੇ ਲੱਗੋ। ਅੱਜ ਜਿੰਨੇ ਲੋਕ ਸੰਦੇਸ਼ ਦੇ ਚਰਚਾਂ ਵਿੱਚ ਜਾ ਰਹੇ ਹਨ, ਆਪਣੇ ਆਪਣੇ ਸੇਵਕ ਨੂੰ ਦੇਖੋ, ਤੁਹਾਡੇ ਸੇਵਕ ਦੇ ਦੋ ਵਿਆਹ ਹੋਏ ਆ, ਤਿੰਨ ਵਿਆਹ ਹੋਏ ਆ, ਤਾਂ ਉਹ ਸ਼ੈਤਾਨ ਆ, ਬਾਹਰ ਆ ਜਾਓ ਉੱਤੋਂ ਜੇ ਬਚਣਾ ਤਾਂ, ਠੀਕ ਹੈ ਨਾ। ਜੇ ਸੇਵਕ ਤੁਹਾਨੂੰ ਸੰਸਾਰ 'ਚ ਘੁੰਮਣ ਦੇ ਰਿਹਾ ਤਾਂ ਉਹ ਸ਼ੈਤਾਨ ਆ, ਸੰਦੇਸ਼ ਦਾ ਭਾਵੇਂ ਕਿਉਂ ਨਾ ਹੋਵੇ ਉਹ ਤਾਂਤਰਿਕ, ਠੀਕ ਹੈ ਨਾ। ਇਸ ਗੱਲ ਨੂੰ ਯਾਦ ਰੱਖਣਾ ਆ, ਜੇ ਸੰਦੇਸ਼ ਦਾ ਸੇਵਕ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਵਚਨ ਦੀ ਡਾਂਗ ਫੇਰਦਾ, ਤੁਹਾਨੂੰ ਉਹ ਕਹਿੰਦਾ 100 ਦੀ ਜਗ੍ਹਾ 2 ਹੀ ਰਹਿ ਜਾਓ, ਉਹ ਆ ਸੱਚਾ ਸੇਵਕ। ਇਸ ਗੱਲ ਨੂੰ ਯਾਦ ਰੱਖੋ, ਜਿਹੜਾ ਤੁਹਾਨੂੰ ਸੰਸਾਰ ਤੋਂ ਬਾਹਰ ਆਉਣ ਦੇ ਲਈ ਕਹਿੰਦਾ ਹੈ, ਤਿਆਗ ਕਰਨ ਦੇ ਲਈ ਕਹਿੰਦਾ, ਉਹ ਸੱਚਾ ਸੇਵਕ ਆ। ਲੇਕਿਨ ਇੱਥੇ ਦੇਖੋ ਸੰਦੇਸ਼ ਦੇ ਵਿੱਚ ਸੇਵਕ ਹੀ ਕੰਪਰੋਮਾਈਜ਼ ਕਰੀ ਜਾਂਦੇ ਨੇ ਲੋਕਾਂ ਨਾਲ। ਬਾਈਬਲ 'ਚ ਲਿਖਿਆ ਆ ਮਰਦ ਦੇ, ਠੀਕ ਹੈ ਨਾ, ਔਰਤ ਤੇ ਮਰਦ ਦਾ ਭੇਸ ਨਾ ਹੋਵੇ, ਠੀਕ ਹੈ ਨਾ, ਵੀ ਔਰਤਾਂ ਮਰਦਾਂ ਵਾਲੇ ਕੱਪੜੇ ਨਾ ਪਾਵੇ। ਕਈ ਸੰਦੇਸ਼ ਦੇ ਚਰਚਾਂ ਦੇ ਵਿੱਚ ਔਰਤਾਂ ਕੀ ਕਰ ਰਹੀਆਂ ਨੇ? ਬਾਈਬਲ 'ਚ ਲਿਖਿਆ, ਭਾਈ ਬ੍ਰੈਨਮ ਨੇ ਕਿਹਾ, ਤੁਸੀਂ ਉਹ ਕੰਮ ਨਹੀਂ ਕਰ ਸਕਦੇ, ਤੁਸੀਂ ਉਹ ਬਿਜ਼ਨਸ ਨਹੀਂ ਕਰ ਸਕਦੇ ਜਿਹੜਾ ਬਿਜ਼ਨਸ ਵਚਨ ਤੋਂ ਬਾਹਰ ਆ। ਸ਼ਰਾਬ ਦਾ ਕੰਮ ਨਹੀਂ ਕਰ ਸਕਦੇ, ਨਸ਼ਿਆਂ ਦਾ ਕੰਮ ਨਹੀਂ ਕਰ ਸਕਦੇ, ਬਿਊਟੀ ਪਾਰਲਰ ਦਾ ਕੰਮ ਨਹੀਂ ਕਰ ਸਕਦੇ, ਠੀਕ ਹੈ। ਉਸੇ ਤਰ੍ਹਾਂ ਇੱਕ ਕੰਮ ਹੈ ਨਰਸਿੰਗ ਦਾ। ਜੇ ਕੋਈ ਸੰਦੇਸ਼ ਦਾ ਭੈਣ ਭਾਈ ਹੈ, ਭੈਣ ਹੈ, ਉਹ ਨਰਸਿੰਗ ਦਾ ਕੋਰਸ ਨਹੀਂ ਕਰ ਸਕਦੀ, ਕਿਉਂਕਿ ਨਰਸਿੰਗ ਦੇ ਕੋਰਸ ਦੇ ਵਿੱਚ ਪੈਂਟਾਂ ਪਾਈਆਂ ਜਾਂਦੀਆਂ ਹੈ ਡਿਊਟੀ ਤੇ। ਤੇ ਇਹੋ ਜਿਹੇ ਕਈ ਨਿਕੰਮੇ ਪਾਸਟਰ ਆ, ਉਹ ਦਸ਼ਮਾਸ਼ ਖਾਈ ਜਾਂਦੇ ਲੈ ਲੈ ਕੇ, ਉਹ ਕਹਿੰਦੇ ਡਿਊਟੀ ਆ। ਤੇ ਕਈ ਇਹੋ ਜਿਹੀ ਸੰਦੇਸ਼ ਦੀਆਂ ਭੈਣਾਂ ਆ, ਉਸ ਕੰਟਰੀ ਤੋਂ ਬਾਹਰ ਜਾ ਕੇ ਡਿਊਟੀ ਕਰ ਰਹੀਆਂ ਆ, ਕੋਈ ਦੁਬਈ ਦੇ ਵਿੱਚ, ਕੋਈ ਮਲੇਸ਼ੀਆ ਵਿੱਚ, ਕੋਈ ਕਿੱਥੇ ਹੈ ਸੰਦੇਸ਼ ਦੇ ਵਿੱਚ, ਤੇ ਪਾ ਰਹੀਆਂ ਨੇ ਪੈਂਟਾਂ,